ਪਿੰਡੀਆਂ ਬਣਾਉਣੀਆਂ ਨੇ ਕੱਲਾ ਮਸਾਲਾ ਪਾ ਕੇ ਪਿੰਡੀਆਂ ਬਣਾ ਦਈਏ ਪਿਆਜ਼ ਪਾਉਣ ਦੀ ਲੋੜ ਨੀ ਇਹਦਾ ਸੌਖਾ ਤਰੀਕਾ ਫਿਰ ਵਧੀਆ।
देख लो भी 100 रुपए वाली जलेबी क्वालिटी क्वालिटी है, पैसा वसूल है। छोटी जलेबी और तो सी बड़ी जलेबी कचौरी। हाँ ये मूंग दाल कचौरी, ये प्याज कचौरी। ये कौन सी है? मूंग दाल की। मूंग दाल की कचौरी अभी मूंग दाल कचौरी खानी के में है। लो जी लड्डू थैंक यू। चल भी आजा लड्डू देख खा के भी कमे ला देने वो बाद दिखाने के मैंने ਹਾਲ ਚਾਲ ਨੇ ਤੇ
ਤੁਹਾਡੇ ਕਾਊਂਟਰ ਦੇ ਕੇ ਬਹੁਤ ਵਧੀਆ ਲੱਗੇ ਕਿੰਨੇ ਕਾਊਂਟਰ ਨੇ ਤੁਹਾਡੇ ਲਾਏ ਹੋਏ ਇੱਥੇ ਸਾਡੇ ਵੀਰੇ ਇੱਕ ਹੀ ਹੈ ਇੱਥੇ ਇੱਕ ਕਾਊਂਟਰ ਹਾਂਜੀ ਠੀਕ ਹੈ ਤੇ ਪਹਿਲੀ ਵਾਰ ਲਾ ਰਹੇ ਹੋ ਜਾਂ ਪਹਿਲਾਂ ਵੀ ਲਾਉਂਦੇ ਹੋ ਸਾਡਾ ਫਸਟ ਐਕਸਪੀਰੀਅੰਸ ਹੈ ਵੀਰੇ ਸਾਡਾ ਰੈਕਿੰਗ ਇੱਥੇ ਹੈ ਬੈਕ ਸਾਈਡ ਓਕੇ ਫੁੱਲ ਨੂੰ ਰਨ ਕਰਦੇ ਤੇ ਉਹ ਕਦੋਂ ਤੋਂ ਚਲਾ ਰਹੇ ਹੋ ਤੁਸੀਂ ਪਿਛਲੇ 4 ਮਹੀਨੇ ਤੋਂ ਚਲਾ ਰਹੇ 4 ਮਹੀਨੇ ਤੋਂ ਚਲਾ ਰਹੇ ਹੋ ਤੇ ਸਾਰੇ ਮਤਲਬ ਮੁੰਡੇ ਆਪਣੇ ਪੰਜਾਬੀ ਨੇ ਸਿੱਖੇ ਹੋ ਜਾਂ ਬਾਹਰਲੇ ਰੱਖਿਆ ਕੁਝ ਨਹੀਂ ਸਾਰੇ ਪੰਜਾਬੀ ਮੁੰਡੇ ਹੋ ਰਹੇ ਸਾਡੇ ਅੱਛਾ ਇਹ ਜਿੰਨੇ ਮੁੰਡੇ ਨੇ ਸਾਰੇ ਆਪਣੇ ਪੰਜਾਬੀ ਮੁੰਡੇ ਨੇ ਹਨਾ ਇਹ ਵੀ ਸਟੂਡੈਂਟ ਨੇ ਸਾਰੇ ਫਿਰ ਇਹਨਾਂ ਦੀ ਵੀਰੇ ਜੋ ਸਟੂਡੈਂਟ ਨੇ ਬਾਕੀ ਨਾਲ ਇੱਕ ਵਰਕ ਕਰ ਰਹੇ ਹੋ ਅੱਛਾ ਠੀਕ ਹੈ ਠੀਕ ਹੈ ਹੈਲਪ ਕਰ ਰਹੇ ਹੈਲਪ ਕਰ ਰਿਹਾ ਜੀ ਕਿਵੇਂ ਆ ਫਿਰ ਰਿਸਪੌਂਸ ਮੁੰਡਾ ਵੀਰੇ ਵਧੀਆ ਹੈ ਨਾ ਠੀਕ ਹੈ ਠੀਕ ਹੈ ਤੇ ਤੁਹਾਡੇ ਹੁਣ ਇੱਕ ਸਟਾਲ ਆ ਤੇ ਕੀ ਕੀ ਆਈਟਮਾਂ ਨੇ ਜਿਹੜੀਆਂ ਚੱਲ ਰਹੀਆਂ ਸਾਡੇ ਕੋਲ ਵੀਰੇ ਜਿਹੜੇ ਕੁੱਲਣ ਵਾਲੀ ਚਾਹ ਸਭ ਤੋਂ ਜ਼ਿਆਦਾ ਚੱਲ ਰਹੀ ਆ ਚੂਰੀ ਚੱਲ ਰਹੀ ਆ ਰੈਪ ਚੱਲ ਰਿਹਾ ਸੈਂਡਵਿਚ ਚੱਲ ਰਿਹਾ ਅਸੀਂ ਵੀ ਟਰਾਈ ਕਰੀ ਆ ਅੱਜ ਤੁਹਾਡੀ ਚਾਹ ਤੇ ਚੂਰੀ ਟਰਾਈ ਕਰੀ ਆ ਬਹੁਤ ਸੋਹਣੀ ਆ ਚਾਹ ਟੇਸਟੀ ਬਣਾਈ ਆ ਤੁਸੀਂ ਸਾਡੇ ਕੋਲ ਕਸ਼ਮੀਰੀ ਚਾਹ ਸੀ ਉਹ ਖਤਮ ਹੋ ਗਈ ਐ ਇਸ ਟਾਈਮ ਅੱਛਾ ਵਧੀਆ ਚੱਲੀ ਆ ਬਹੁਤ ਫਿਰ ਹੁਣ ਕੀ ਪਲਾਨ ਆ ਵੀ ਅੱਗੇ ਇਹਨੂੰ ਕਰਨਾ ਕੈਰੀ ਹੋਣ ਅੱਗੇ ਅੱਗੇ ਅਸੀਂ ਇਹਨਾਂ ਨੂੰ ਕਰ ਰਹੇ ਆ ਪਲਾਨ ਸਾਡਾ ਚੱਲ ਰਿਹਾ ਵੀ ਇਹਨਾਂ ਨੂੰ ਅੱਗੇ ਬ੍ਰਾਂਚਸ ਖੋਲਾਂ ਠੀਕ ਆ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਖੁਸ਼ਪ੍ਰੀਤ ਠੀਕ ਆ ਕਿੱਥੋਂ ਤੁਸੀਂ ਬਿਲੋਂਗ ਕਰਦੇ ਆ ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦਾ ਅੱਛਾ ਮੁਕਤਸਰ ਸਾਹਿਬ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਲੱਗਾ ਦੇਖ ਕੇ ਵੀ ਆਪਣੇ ਮੁੰਡੇ ਸਟੂਡੈਂਟ ਖਾਸ ਕਰਕੇ ਕਰ ਰਹੇ ਨੇ ਤੇ ਬੈਸਟ ਆਫ ਲੱਕ ਤੁਹਾਨੂੰ ਫਿਊਚਰ ਵਾਸਤੇ ਹਾਂਜੀ ਵੈਲਕਮ ਵੀਰੇ ਓਕੇ ਓਕੇ ਠੀਕ ਹੈ ਥੈਂਕ ਯੂ ਵੀ ਭਾਈ ਤੋਂ ਲੈ ਕੇ ਦੇਖਦੇ ਆ ਟੇਸਟ ਕਿੱਦਾਂ ਦਾ ਹੈ ਹਟ ਬਈ ਹੋਰ ਕਿਆ ਕਿਆ ਹੈ ਆਪਕੇ ਪਾਸ ਖੰਡ ਵੀ ਮਿਲ ਜਾਏਗੀ ਡੋਕਲਾ ਅੱਛਾ ਕਬਾਬ ਹੈ ਵੈਜ ਅੱਛਾ ਫੇਫਲੇ ਹੈ ਫੇਫਲੇ ਤਾਂ ਬਈ ਬਹੁਤ ਵਧੀਆ ਨਹੀਂ ਕਬਾਬ ਕਿਸ ਚੀਜ਼ ਦਾ ਬਣਾਉਂਦੇ ਹੋ ਕਬਾਬ ਬਣਾਉਂਦੇ ਓਟਸ ਦੇ ਜੀ ਅੱਛਾ ਓਟਸ ਦੇ ਜੋ ਵੀ ਇਹਨੂੰ ਸੈਕਿੰਡ ਦੇ ਮਟੀਰੀਅਲ ਨਾਲ ਲੈ ਲੈਂਦੇ ਹਾਂਜੀ ਦੋਸਤੋ ਇੱਥੇ ਆਪਾਂ ਨੂੰ ਇਹ ਭੈਣ ਮਿਲੇ ਨੇ ਇਹਨਾਂ ਨੇ ਇੱਥੇ ਸਟਾਲ ਲਾਈ ਹੋਈ ਆ ਅਚਾਰ ਵਗੈਰਾ ਸਾਰਾ ਔਰਗੈਨਿਕ ਇਹਨਾਂ ਨੇ ਲਿਖਿਆ ਇੱਥੇ ਔਰਗੈਨਿਕ ਆ ਤੇ ਆਪਾਂ ਪੁੱਛਦੇ ਆ ਕਿੱਥੋਂ ਨੇ ਤੇ ਕੀ ਇਹਨਾਂ ਦਾ ਸਿਸਟਮ ਆ ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਨੂੰ ਤੇ ਕਿੱਥੋਂ ਤੁਸੀਂ ਬਿਲੋਂਗ ਕਰਦੇ ਕੀ ਨਾਮ ਹੈ ਜੀ ਆਪਣਾ ਡਿਸਟ੍ਰਿਕਟ ਪਟਿਆਲਾ ਸੇ ਸਹਿਜਪੁਰ ਕਲਾ ਪਿੰਡ ਆ ਅਮਨਦੀਪ ਕੌਰ ਨਾਮ ਹੈ ਜੀ ਅੱਛਾ ਤੇ ਇਹ ਤੁਸੀਂ ਕਿਸ ਚੀਜ਼ ਦੀ ਸਟਾਲ ਲਾਈ ਹੈ ਫਿਰ ਇੱਥੇ ਇਸ ਰੇ ਅਚਾਰ ਦੀ ਲਗਾਈ ਆ ਸਾਰੇ ਤਰ੍ਹਾਂ ਦੇ ਅਚਾਰ ਨੇ ਜੀ ਆਪਣੇ ਕੋਲ ਓਕੇ ਉਹ ਤਾਂ ਦੱਸ ਦਿਓ ਫਿਰ ਤੁਸੀਂ ਹਾਂਜੀ ਮੈਮ ਲੈ ਲੈ ਆਊਟ ਆਫ ਸਟਾਕ ਹੋ ਗਿਆ ਤੇ ਸ਼ੁਕਰੀ ਹੋਰ ਕੋਈ ਕੰਮ ਨਹੀਂ ਕਰਦਾ ਕੋਰ ਤੋਂ ਪਹਿਲਾਂ ਹੈ ਨਾ ਕੋਰ ਤੋਂ ਪਹਿਲਾਂ ਤੇ ਆਪਣੇ ਤੁਕਿਆ ਦਾ ਕੰਮ ਹੈ ਆਈ ਹੋਪ ਤੁਸੀਂ ਸਾਰਾ ਇੰਜਾਏ ਕਰ ਰਹੇ ਹੋ ਜੀ ਕਾ ਜੀ ਕਾ ਸਾਰਾ ਇੰਜਾਏ ਕਰ ਰਹੇ ਹੋ ਅੱਛਾ ਇਹ ਤੁਹਾਡੇ ਸਿਸਟਮ ਹੈ ਜੀ ਤੁਸੀਂ ਦੋਨੋਂ ਚਲਾ ਰਹੇ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਟਾਰਟ ਕੀਤੇ ਨੂੰ ਫਿਰ ਕਰ ਰਹੇ ਹੋ ਸਾਰਾ ਤੁਸੀਂ ਦੋਨੋਂ ਜਾਂ 10 ਮੈਂਬਰ ਹੈ ਜੀ ਵੈਸੇ ਤਾਂ ਅਸੀਂ
ਬਟ ਜਿਹੜਾ ਅਸੀਂ ਪਰਸਨਲੀ ਕਰ ਰਹੇ ਅਸੀਂ ਆਪਣੇ ਦੋ ਸਿਸਟਰ ਦੋਨੋਂ ਕਰਦੇ ਆ। ਅੱਛਾ ਅੱਛਾ ਬਹੁਤ ਵਧੀਆ ਜੀ ਬਹੁਤ ਵਧੀਆ ਬੈਸਟ ਆਫ ਲੱਕ ਆ ਤੁਹਾਨੂੰ ਤੁਹਾਡੇ ਕੰਮ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ ਕਿਉਂਕਿ ਮੈਂ ਵੈਸੇ ਵੀ ਦੇਖਿਆ ਆਪਣੇ ਮੁੰਡੇ ਬਹੁਤ ਇੱਥੇ ਦੇਖਿਆ ਪੰਜਾਬ ਵਾਲੇ ਜਿਹੜੇ ਕਰ ਰਹੇ ਨੇ ਨਹੀਂ ਮੋਸਟਲੀ ਆਪਾਂ ਸਟਾਲਾਂ ਦੇਖਦੇ ਕਿ ਅਦਰ ਸਟੇਟ ਵਾਲੇ ਬੰਦੇ ਲਾਉਂਦੇ ਆਪਣੇ ਪੰਜਾਬ ਦੇ ਬੰਦਿਆਂ ਦੀ ਘੱਟ ਹੁੰਦੀਆਂ ਨੇ ਅਸੀਂ ਖੇਤੀ ਵੀ ਆਪ ਕਰਦੇ ਹਾਂ। ਅੱਛਾ ਅੱਛਾ ਹਾਂ ਵਧੀਆ ਲੱਗਾ ਤੁਸੀਂ ਲਿਖਿਆ ਵੀ ਔਰਗੈਨਿਕ ਆ ਤੁਹਾਡਾ ਸਾਰਾ ਹਨਾ ਤੁਸੀਂ ਆਪ ਉਗਾ ਕੇ ਫਿਰ ਅਚਾਰ ਵਗੈਰਾ ਬਣਾਉਂਦੇ ਹੋ ਬਹੁਤ ਵਧੀਆ ਠੀਕ ਹੈ ਜੀ ਬੈਸਟ ਆਫ ਲੱਕ ਤੇ ਬਾਕੀ ਲੋਕਾਂ ਨੂੰ ਵੀ ਚਾਹੀਦਾ ਨਾ ਵੀ ਔਰਗੈਨਿਕ ਚੀਜ਼ਾਂ ਵਰਤਣ ਕੈਮੀਕਲ ਤੋਂ ਆਪਾਂ ਦੂਰ ਜਾਈਏ ਕੈਮੀਕਲ ਵਾਲੀ ਚੀਜ਼ਾਂ ਖਾਂਦੇ ਆ ਹਾਂ ਜਿਹਨਾਂ ਨਾਲ ਬਿਮਾਰੀਆਂ ਜ਼ਿਆਦਾ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਔਰਗੈਨਿਕ ਕਰਦੇ ਹਾਂ ਤਾਂ ਮੁੱਲ ਵੀ ਮਿਲਣਾ ਚਾਹੀਦਾ ਠੀਕ ਹੈ ਜੀ ਓਕੇ ਥੈਂਕ ਯੂ ਜੀ ਮਸਾਲਾ ਲੈ ਰਹੇ ਵੀ ਹੁਣ ਆਹ ਕੁੜੀਆਂ ਨੇ ਦੱਸਿਆ ਕਹਿੰਦੇ ਵੀ ਸਬਜ਼ੀ ਚ ਪਾਓ ਤੁਹਾਨੂੰ ਸਬਜ਼ੀ ਕੱਟਣ ਦੀ ਲੋੜ ਨੀ ਪਿਆਜ ਪਿਓਜ ਹੈ ਨਾ ਕੁਛ ਵੀ ਨੀ ਪਾਉਣਾ ਪਿਆਜ ਲਸਣ ਅੱਛਾ ਮਤਲਬ ਭਿੰਡੀਆਂ ਬਣਾਉਣੀਆਂ ਨੇ ਕੱਲਾ ਮਸਾਲਾ ਪਾ ਕੇ ਭਿੰਡੀਆਂ ਬਣਾ ਦਈਏ ਪਿਆਜ ਪਾਉਣ ਦੀ ਲੋੜ ਨੀ ਇਹ ਤਾਂ ਸੌਖਾ ਤਰੀਕਾ ਫਿਰ ਪਿਆਜ ਹੁਣ ਇਸ ਟਾਈਮ 100-150 ਰੁਪਏ ਕਿਲੋ ਆ ਹਨਾ ਉਹਦੇ ਨਾਲੋਂ ਬੈਟਰ ਆ ਵੀ 100 ਰੁਪਏ ਦਾ ਆਪਾਂ ਮਸਾਲਾ ਪਾ ਦਾਂਗੇ ਠੀਕ ਹੈ ਠੀਕ ਨਹੀਂ ਮੈਂ ਬਣਾ ਲਈ ਵੀਡੀਓ ਤੁਹਾਡੀ ਸਾਰੀ ਇਹ ਸਾਹਸੀ ਬੰਦੇ ਨੇ ਸਾਹਸ ਤਾਂ ਹੀ ਇਹਨਾਂ ਨੇ ਗਰੁੱਪ ਦਾ ਨਾਮ ਰੱਖਿਆ ਹੈ ਨਾ ਇਹ ਦੋ ਤਰ੍ਹਾਂ ਦੇ ਮਸਾਲੇ ਨੇ ਇੱਕ ਤਾਂ ਮੈਜਿਕ ਮਸਾਲਾ ਇੱਕ ਟਮਾਟੋ ਇਹ ਦੋਨੋਂ ਆਪਾਂ ਨੇ ਟੇਸਟ ਕਰ ਲਏ ਬਹੁਤ ਵਧੀਆ ਨੇ ਬੰਦਾ ਵੀ ਇੱਥੇ ਕਣਕ ਵੇਚ ਰਿਹਾ ਹੈ ਇਹਦੋਂ ਕਣਕ ਲਈ ਆਪਾਂ ਨੇ ਆਹ ਪਈ ਆ ਇਹ ਮਹਾਰਾਸ਼ਟਰ ਤੋਂ ਆਇਆ ਰੋਸਟਡ ਕਣਕ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਜੇ ਖਾ ਕੇ ਤੁਹਾਨੂੰ ਦੱਸ ਦਿਆਂਗਾ ਟੇਸਟ ਕਿਵੇਂ ਕਣਕ ਖਾ ਕੇ ਦੱਸ ਦਿਆਂਗਾ ਤੁਹਾਨੂੰ ਬਹੁਤ ਵਧੀਆ ਟੇਸਟ ਆ ਬਈ ਠੀਕ ਆ ਟੇਸਟ ਵਧੀਆ ਹੁਣ ਤਾਂ ਆਪਾਂ ਦੋ ਪੈਕਟ ਲੈ ਲੈਣਾ ਕਿਉਂਕਿ ਸੋਹਣੀ ਲੱਗਦੀ ਆ ਕਣਕ ਖਾਣ ਨੂੰ ਟੇਸਟੀ ਵੀ ਲੱਗਦੀ ਆ ਇੱਧਰ ਮੁੰਡੇ ਜਿੰਮ ਵਾਲੇ ਇਹ ਵੀ ਲੈ ਕੇ ਚਲੇ ਗਏ ਕਣਕ ਠੀਕ ਆ ਬਾਈ ਵਧੀਆ ਇਹ ਵਧੀਆ ਮਤਲਬ ਡਾਈਟ ਦੇ ਤੌਰ ਤੇ ਵਰਤਣ ਨੂੰ ਦੇਖੋ ਜੀ ਅਸੀਂ ਇਹ ਲੈ ਲੈਨੇ ਚਲੋ ਖਾ ਕੇ ਤੁਹਾਨੂੰ ਰਿਜ਼ਲਟ ਦੇਵਾਂਗੇ ਮੈਂ ਦੱਸਾਂਗੇ ਵੀ ਕੀ ਬਣਦਾ ਕੀ ਲਿਆ ਤੁਸੀਂ ਇਹ ਦੱਸੋ ਪਹਿਲਾਂ ਕੀ ਲਿਆ ਅਸੀਂ ਵੀਰੇ ਲਈਏ ਕਣਕ ਜਵਾਰ ਤੇ ਬਾਜਰਾ ਅੱਛਾ ਮਤਲਬ ਜਿੱਦਾਂ ਤੁਸੀਂ ਤਾਂ ਵਰਤਦੇ ਰਹਿੰਦੇ ਹੋ ਨਾ ਫੂਡ ਬਾਅਦ ਤੁਹਾਨੂੰ ਪਤਾ ਹੈ ਤੇ ਉਹਦੇ ਲਈ ਵਧੀਆ ਆਮ ਆਪਾਂ ਨੂੰ ਖਾਣ ਲਈ ਚੀਜ਼ ਹੈਗੀ ਬਹੁਤ ਚੀਜ਼ ਹੈਗੀ ਆ ਕਿਉਂਕਿ ਜਿੰਨਾ ਕਹਿੰਦੇ ਰੋਸਟ ਕਰੀ ਆ ਹੈਲਦੀ ਆ ਜਿਵੇਂ ਆਪਾਂ ਦਲੀਆ ਖਾਂਦੇ ਆ ਹਾਂ ਹਾਂ ਇਨਸਟੈਂਟ ਆਪਣੀ એનર્ਜੀ ਚਾਹੀਦੀ ਹੁੰਦੀ ਆ ਮੈਂ ਆਪਾਂ ਜਿਵੇਂ ਪਹਿਲਾਂ ਇਹਨੂੰ ਫਟਾਫਟ ਖਾ ਲਓ ਬਸ ਜਿਮ ਚਲੇ ਜਾਓ ਐਕਸਰਸਾਈਜ਼ ਲਓ ਜਿਵੇਂ ਆਪਾਂ ਜਿਮ ਲਾਇਆ ਆਪਾਂ ਨਾ ਪ੍ਰੋਟੀਨ ਤੋਂ ਪਹਿਲਾਂ ਕਾਰਬਸ ਚਾਹੀਦੇ ਹੁੰਦੇ ਆ ਠੀਕ ਹੈ ਇਹ ਕਾਰਬਸ ਪੂਰੇ ਕਰ ਲਾਂਗੇ ਹਾਂ ਦਲੀਆ ਵੀ ਬਣਾਉਣਾ ਪੈਣਾ ਆਪਾਂ ਇੱਥੇ ਹੀ ਖਾ ਸਕਦੇ ਆ ਸਨੈਕਸ ਜਿਮ ਵਿੱਚ ਬੈਗ ਚ ਪਾ ਕੇ ਲੈ ਜਾਣੇ ਨਾਲ ਹੀ ਆ 6 ਦੇ 6 ਐਂ ਪਾ ਲੈਣੇ ਆਪਾਂ ਬੈਗ ਸਹੀ ਆ ਆ ਬਾਕੀ ਨੇ ਦੱਸਤਾ ਐਡਰੈਸ ਮੁੰਡੇ ਨੇ ਕਹਿੰਦੇ ਜੇ ਦੁਬਾਰਾ ਲੈਣਾ ਹੋਵੇ ਤਾਂ ਚੌੜਾ ਬਾਜ਼ਾਰ ਗੈਂਡਾ ਮਾਲ ਦੀ ਦੁਕਾਨ ਕਹਿੰਦਾ ਉੱਥੋਂ ਮਿਲ ਜੂਗਾ ਜੇ ਰਿਜ਼ਲਟ ਵਧੀਆ ਆਇਆ ਤਾਂ ਫਿਰ ਉੱਥੋਂ ਲੈ ਲਾਂਗੇ ਨਾ ਬਿਲਕੁਲ ਠੀਕ ਹੈ ਠੀਕ ਹਾਂ ਠੀਕ ਆ ਓਕੇ ਥੈਂਕ ਯੂ ਜੀ ਕਿੰਨੀਆਂ ਬੋਲਾਂ 50 ਚ ਕਿੰਨੀਆਂ ਬੋਲਾਂ 50 ਚ 3 ਓਕੇ ਵਾਹ ਜੀ ਵਾਹ
₹500 का टिकट ये देखना और सारा चाहते हैं टिकट यहाँ से ले लेंगे। टिकट वाला ₹50 का है, ₹50 का टिकट यहाँ से लेंगे। बात की हुई का चला भाई इतने इधर चेक करा रहे हैं हूँ आ दो अपने इन्हों तो फ्लेवर लै लेने सोहना लगे मैनू रेट भी ठीक है 150 रुपए का एक 50 रुपए की छोटी शीसी है 150 रुपए की वड्डी शीसी है तो आपने 50-50 वाले दो लै लेने सोहनी फ्रैगरेंस आ अखरोट कश्मीरी चिल्ली अखरोट का गिरी है लो भी इतने लगी हुई है चार स्टॉल अलग अलग तरह के बाई को चार ने मरबे ने बरनाले तो बी बी बरनाले तो अच्छा ठीक है 250 रुपए इन क्या मर्जी चक लो 250 रुपए बिचे मरबे बिचे चार आपने एक तरह लिया चार आ वाला करेले का एक लिया आपने बांस का मरबा आह दो चीजा अपने लै लिया ने तुम आप कर दो तैयार ठीक है ठीक है बहुत वधिया भाई फिर तां सारे चार भाई होने आप तैयार करते हैं चलो देखते हैं फिर बाकी किवें आ टेस्ट आयुर्वेदिक तेल है अच्छा कितने का है ये 900 की बटल 600 में दे रहे अच्छा वीडियो ले रहे कि थोड़ा बिजनेस कर रहे ठीक है ठीक है तो अगर खत्म हो गया दोबारा कहाँ से लेगा बंदा मेरा नंबर पे ऑनलाइन पे ऑर्डर करो आपका डायरेक्ट घर के पास ऑनलाइन से भेज अच्छा जी तेल से ही बढ़ाए हैं इतने बाल हाँ जी तेल से ही ठीक है ठीक है नेचुरल जड़ी बूटी का तेल सर 3 महीने का कोर्स कर लेना आदिवासी हाँ वही आदिवासी आज
लो भी मित्रों जिहड़ा सारस मेला सीगा ये आपां देखिया सारा घूमिया है हुण वापस चले आ। ये तकरीबन 26 तरीक तो जिहड़ा मेला सीगा स्टार्ट हो गया सी ते अज 5 तरीक इहदी लास्ट तरीक सीगी। इहदे च बहुत सारे सिंगर भी जिवें कि पेशकारी दित्ती आ पहले दिनां च आपां आए नहीं, रणजीत बाबा लग्गिया है, राम भुल्लर लग्गिया ते सतिंदर सरताज भी लग्गिया सी, बहुत सारे सिंगर आए ते बहुत ही वधिया मेला पहलां जिवें बठिंडे भी होया सी सारस मेला ते तकरीबन कहिंदे 5 सालां बाद इह लुधियाणे दे विच इत्थे होया सारस मेला जिहड़ा होया है। बहुत वधिया इंतजाम ने जिदा आम अपने मेले लगते हैं छोटे लैवल होंगे बड़े लैवल पर आ फूड अलग अलग स्टेटा का हो गया सैल्फ हेल्प ग्रुपा के जोड़े ने स्टॉल लगे हुए हैं मोस्टली जी मेन आप गल देखिए तो कि पंजाब के बहुत ना स्टॉल लगे ने जोड़े कि अपने स्टूडेंट ने इतने के वो स्टूडेंटा ने बहुत स्टॉल लाए हुए हैं। जो आप देखते हैं बाहरलिया स्टेटों जोड़े बंदे ने वो आगे स्टॉल लाने ने पर इतने मेन जोड़े अपने स्टूडेंट पंजाब के ने उन्होंने बहुत स्टॉल लाए हैं। कुछ तो अपने यही गुरु नानक देव यूनीवर्सिटी के स्टूडेंट ने जिन्होंने स्टॉल लाए हैं खाने पीने के या होर अचार वगैरह के मुरब्बे के वो स्टॉल लाए हुए हैं। सो कुल मिला के बहुत वधिया एक्सपीरियंस रहा। बाकी थोड़ू जो वीडियो वधिया लगी तो वीडियो में लाइक जरूर करो तो चैनल में सबसक्राइब जरूर करो तो होर भी आप लोकल जितने अपने घूमने वाली वधिया जगह ने वो भी आप दिखाते रहने चैनल के नाल जुड़े रहो। ठीक है फिर मिलते हैं किसी अगली वीडियो उदों तक लई धन्यवाद।